ਔਰ ਮੰਤਰੀ ਸਾਹਿਬ ਤੁਸੀਂ ਫਿਕਰ ਨਾ ਕਰੋ, ਐਤਕੀ ਵੀ ਮੇਰੇ ਨਾਂ 'ਤੇ ਹੀ ਸਰਬਸੰਮਤੀ ਹੋਣੀ ਹੈ, ਸਰਪੰਚ ਐਤਕੀ ਵੀ ਆਪਾਂ ਹੀ ਬਣਾਂਗੇ। ਓਕੇ, ਕੋਈ ਨਹੀਂ, ਆਉਣਾ ਕੋਠੀ। ਓਕੇ ਓਕੇ, ਸੰਧੂ ਪੁੱਤ ਕਰੋ ਗੱਲ। ਹਾਂਜੀ ਸਰਪੰਚ ਸਾਹਿਬ, ਪਿਛਲੀ ਵਾਰੀ ਤੁਸੀਂ ਆਪ ਜ਼ਬਾਨ ਦਿੱਤੀ ਸੀ ਵੀ ਅਗਲੀਆਂ ਵੋਟਾਂ 'ਚ ਸਾਡੀ ਬੱਤੀ ਦਾ ਬੰਦਾ ਸਰਪੰਚ ਬਣੂਗਾ, ਵੇਖ ਲਓ ਹੁਣ ਤੁਸੀਂ ਮੁੱਕਰ ਰਹੇ ਹੋ। ਹੋਰ ਕੀ, ਸਾਡੀ ਪੱਤੀ ਨੇ ਤੁਹਾਡੀ ਸਪੋਰਟ ਹੀ ਇਸ ਗੱਲ 'ਤੇ ਕੀਤੀ ਸੀ ਬਈ ਅਗਲੀ ਵਾਰੀ ਸਾਡੀ ਪੱਤੀ ਦੀ ਆਊਗੀ। ਤੁਸੀਂ 10 ਸਾਲ ਤੋਂ ਸਰਪੰਚੀ ਕਰੀ ਜਾਂਦੇ ਹੋ, ਐਤਕੀ ਵੈਸੇ ਵੀ ਵਾਰੀ ਸਾਡੀ ਬਣਦੀ ਹੈ। ਨਾ ਵਾਰੀ ਨੂੰ ਇਹ ਪਾਣੀ ਦੀ ਵਾਰੀ ਆ ਸੋਚਿਆ ਜਿਹੜੀ ਤੁਸੀਂ ਟਾਈਮ ਵੇਖ ਕੇ ਵੱਢ ਲਓਗੇ। ਓਏ ਸਰਪੰਚੀ ਆ ਸਰਪੰਚੀ, ਇਹ ਪੈਸੇ ਤੇ ਪਾਵਰ ਦੇ ਜ਼ੋਰ ਤੇ ਜਿੱਤੀ ਜਾਂਦੀ ਹੈ, ਨਾਲੇ ਵੈਸੇ ਵੀ ਸਰਪੰਚੀ ਕਰਨਾ ਸਾਡੇ ਵਰਗੇ ਸਰਦਾਰ ਲੋਕਾਂ ਦਾ ਕੰਮ ਹੈ, ਤੁਹਾਡੇ ਵਰਗੇ ਮਲੰਗਾਂ ਦਾ ਨਹੀਂ। ਨਾਲੇ ਤੁਹਾਨੂੰ ਕੀ ਲੱਗਦਾ ਹੈ, ਤੁਸੀਂ 2.5 ਟੋਟਰੂ ਮੈਨੂੰ ਵੋਟ ਨਹੀਂ ਪਾਓਗੇ ਤਾਂ ਮੈਂ ਸਰਪੰਚ ਨਹੀਂ ਬਣ ਸਕਦਾ? ਭੁੱਲ ਜਾਓ ਕਾਕਾ ਭੁੱਲ ਜਾਓ, ਸਰਪੰਚ ਤਾਂ ਐਤਕੀ ਵੀ ਮੈਂ ਹੀ ਬਣੂੰਗਾ, ਭਾਵੇਂ ਪੈਸੇ ਦੇ ਜ਼ੋਰ 'ਤੇ ਭਾਵੇਂ ਛਿੱਤਰ ਦੇ ਜ਼ੋਰ 'ਤੇ। ਨਾਲੇ ਤੁਹਾਡੇ 'ਚੋਂ ਕਿਸੇ ਦੀ ਇੰਨੀ ਜ਼ੁਰਤ ਨਹੀਂ ਵੀ ਮੇਰੇ ਅੱਗੇ ਟਿਕ ਵੀ ਜਾਏ, ਫੂਕ ਮਾਰ ਕੇ ਡਾ ਦੂੰ, ਫੂਕ ਮਾਰ ਕੇ ਚਲੋ ਨਿਕਲੋ ਸਭ। ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਜੋਰਿਆ, ਵੋਟਾਂ ਲੋਕਾਂ ਦੇ ਪਿਆਰ ਨਾਲ ਮਿਲਦੀਆਂ, ਪੈਸੇ ਨਾਲ ਨਹੀਂ। ਬੰਦਾ ਪੈਸੇ ਨਾਲ ਨਹੀਂ ਜਿੱਤਦਾ, ਲੋਕਾਂ ਦੇ ਪਿਆਰ ਨਾਲ ਜਿੱਤਦਾ ਹੈ, ਪਿਆਰ ਨਾਲ। ਤੇ ਜਿਹੜਾ ਬੰਦਾ ਆਪਣੀ ਜ਼ਬਾਨ ਤੋਂ ਹੀ ਫਿਰ ਜਾਏ ਉਹਨੂੰ ਅਸੀਂ ਸਰਪੰਚ ਤਾਂ ਕੀ ਪਿੰਡ ਦਾ ਚੌਕੀਦਾਰ ਵੀ ਨਾ ਬਣਨ ਦਈਏ। ਲੈ ਫਿਰ ਕਾਇਮ ਹੋ ਜਾ ਜੱਟਾ, ਐਤਕੀ ਤੇਰੇ ਬਰੋਬਰ ਮੈਂ ਖੜੂੰਗਾ, ਫਿਰ ਵੇਖਦੇ ਤੇਰੀ ਪਾਵਰ ਜਾਂ ਪੈਸਾ ਜਿੱਤਦਾ ਜਾਂ ਲੋਕਾਂ ਦਾ ਪਿਆਰ। ਹੁਣ ਫੈਸਲਾ ਤੂੰ ਤੇ ਮੈਂ ਨਹੀਂ, ਇਹ ਲੋਕ ਕਰਨਗੇ। ਚਲੋ ਚਾਚਾ ਚਲੋ ਨਿਕਲੋ।